ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡਲਾਜੀ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਦੇ ਉੱਪਰ ਗੱਲ ਆਪਾਂ ਜ਼ਰੂਰ ਕਰਾਂਗੇ ਨਾਲ ਦੀ ਨਾਲ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਤਾਂ ਚੰਗੇ ਉਮੀਦਵਾਰਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ ਲਗਾਤਾਰ ਪਾਰਟੀ ਜੇ ਆਪਾਂ ਸਨੀ ਦਿਓਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਹਲਕੇ ਗੁਰਦਾਸਪੁਰ ਦੇ ਵਿੱਚ ਖਬਰਾਂ ਆਏ ਨੇ ਕਿ ਪੋਸਟਰ ਲੱਗ ਗਏ ਨੇ ਕਿ ਉਹ ਆਪਣੇ ਹਲਕੇ ਦੇ ਵਿੱਚ ਲਾਪਤਾ ਨੇ ਨਜ਼ਰ ਹੀ ਨਹੀਂ ਆਉਂਦੇ ਸੋ ਕੁਲ ਮਿਲਾ ਕੇ ਅਗਰ ਆਪਾਂ ਇਹ ਦੇਖਦੇ ਹਾਂ ਕਿ ਸਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ ਦੀਆਂ ਚਿੰਤਾਵਾਂ ਵਧੀਆਂ ਨੇ ਤਾਂ ਕਿਵੇਂ ਇਹ ਚਿੰਤਾਵਾਂ ਵਧੀਆਂ ਨੇ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਜੋ ਹੈ ਚੰਗੇ ਉਮੀਦਵਾਰ ਪੰਜਾਬ ਦੇ ਵਿੱਚ ਲੱਭਦੀ ਪਈ ਹੈ ਤਾਂ ਕੀ 2024 ਦੇ ਵਿੱਚ ਜ਼ਰੂਰ ਬੀਜੇਪੀ ਜੋ ਹੈ ਇਹ ਆਪਣੀ ਭਾਲ ਪੂਰੀ ਕਰ ਸਕੇਗੀ ਜੇ ਤੂ ਉਮੀਦਵਾਰਾਂ ਦੀ ਭਾਲ ਪੂਰੀ ਕਰ ਸਕੇਗੀ ਬੀਜੇਪੀ ਇਸ ਉੱਪਰ ਤੁਸੀਂ ਕੀ ਕਹੋਗੇ ਹਰਜੋਜੀ ਦੇਸ਼ ਦੀ ਸਿਆਸਤ ਬਹੁਤ ਗਰਮ ਹੋ ਗਈ ਪੰਜਾਬ ਦੀ ਸਿਆਸਤ ਵੀ ਗਰਮ ਹੈ ਦੋ ਮੈਂਬਰ ਪਾਰਲੀਮੈਂਟ ਨੇ ਦੇਸ਼ ਚ ਜਿਨ੍ਹਾਂ ਨੇ ਵੱਖ-ਵੱਖ ਕਾਰਨਾ ਕਰਕੇ ਆਪਣੀਆਂ ਪਾਰਟੀਆਂ ਦੀਆਂ ਚਿੰਤਾਵਾਂ ਵਧਾਤੀਆਂ ਧੀਰਜ ਸਾਹੂ ਹੈ ਜਿਹਦੇ ਜਿਨ੍ਹਾਂ ਦੇ ਵੱਖ-ਵੱਖ ਥਾਵਾਂ ਤੋਂ ਮੀਡੀਆ ਦੀ ਰਿਪੋਰਟ ਹੈ ਕਿ 300 ਕਰੋੜ ਤੋਂ ਵੀ ਜ਼ਿਆਦਾ ਪੈਸਾ ਬਰਾਮਦ ਹੋਇਆ ਔਰ ਵੱਡੀ ਗਿਣਤੀ ਚ ਕੈਸ਼ ਬਰਾਮਦ ਹੋਇਆ ਇੰਨਾ ਪੈਸਾ ਹੈ ਕਿ ਜੇ ਜ਼ਮੀਨ ਤੇ ਵਿਚਾਰੀਏ ਤੇ ਮੈਨੂੰ ਲੱਗਦਾ 4-5 ਕਿੱਲਿਆਂ ਚ ਪੂਰਾ ਆਵੇ। ਸੋ ਇਸ ਕਰਕੇ ਕਾਂਗਰਸ ਦੀਆਂ ਚਿੰਤਾਵਾਂ ਵਧੀਆਂ ਪਰ ਪਹਿਲਾਂ ਮੈਂ ਸਨੀ ਦਿਓਲ ਦੀ ਗੱਲ ਕਰਦਾ। ਇੱਧਰ ਸਨੀ ਦਿਓਲ ਨੇ ਵੀ ਭਾਜਪਾ ਨੂੰ ਕਾਫੀ ਔਖਾ ਕਰ ਰੱਖਿਆ। ਕੱਲ ਮੈਂ ਫੇਰ ਮੀਡੀਆ 'ਚ ਰਿਪੋਰਟਾਂ ਦੇਖ ਰਿਹਾ ਸੀ। ਗੁਰਦਾਸਪੁਰ 'ਚ ਨੌਜਵਾਨਾਂ ਨੇ ਪੋਸਟਰ ਲਾਤੇ ਗੁੰਮਸ਼ੁਦਾ ਦੀ ਤਲਾਸ਼ ਦੇ ਆਪਣੇ ਮੈਂਬਰ ਪਾਰਲੀਮੈਂਟ ਦੇ। ਤੇ ਉਹਨਾਂ ਦਾ ਮੈਂਬਰ ਪਾਰਲੀਮੈਂਟ ਹੈ ਗੁਰਦਾਸਪੁਰ ਦਾ ਸਨੀ ਦਿਓਲ। ਨੌਜਵਾਨ ਕਹਿੰਦੇ ਕਿ ਸਾਨੂੰ ਵਿਖਿਆ ਨਹੀਂ ਸੰਦੀ ਦੇ올 ਗੁਰਦਾਸਪੁਰ ਚ ਵੱਡੇ ਵੱਡੇ ਵਾਅਦੇ ਕੀਤੇ ਸੀ ਸੋ ਇਹ ਇਹ ਰਵਾਜ ਹੈ ਜਦੋਂ ਕੋਈ ਵੀ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਆਪਣੇ ਹਲਕੇ ਚ ਨਹੀਂ ਵਿਚਰਦਾ ਲੋਕਾਂ ਦੀਆਂ ਦੁੱਖ ਤਕਲੀਫਾਂ ਨਹੀਂ ਸੁਣਦਾ ਹਰ ਰੋਜ਼ ਲੋਕਾਂ ਨੂੰ ਨਹੀਂ ਮਿਲਦਾ ਦਫ਼ਤਰ ਦੇ ਵਿੱਚ ਜਿਹੜੀਆਂ ਦਰਖਾਸਤਾਂ ਨੇ ਉਹਨਾਂ ਨੂੰ ਮਾਰਕ ਨਹੀਂ ਕਰਦਾ ਹਲਕੇ ਦੇ ਵਿਕਾਸ ਲਈ ਯਤਨ ਨਹੀਂ ਕਰਦਾ ਤੇ ਫਿਰ ਜਿਹੜੇ ਲੋਕ ਨੇ ਉਹ ਔਖੇ ਹੋ ਕੇ ਪੋਸਟਰ ਲਾ ਦਿੰਦੇ ਨੇ ਸੋ ਹੁਣ ਗੁਰਦਾਸਪੁਰ ਚ ਥਾਂ-ਥਾਂ ਪੋਸਟਰ ਲਾਤੇ ਪੋਸਟਰ ਸਨੀ ਦਿਓਲ ਦੇ ਲੱਗੇ ਨੇ ਪਰ ਚਿੰਤਾ ਬੀਜੇਪੀ ਦੀ ਵਧ ਗਈ ਕਿਉਂਕਿ ਸਨੀ ਦਿਓਲ ਸੈਲੀਬ੍ਰਿਟੀ ਸੀ ਔਰ ਜਿਵੇਂ ਤੁਸੀਂ ਸਵਾਲ ਵੀ ਕੀਤਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਉਮੀਦਵਾਰ ਪਹਿਲਾਂ ਹੀ ਨਹੀਂ ਲੱਭ ਰਹੇ ਜਿਹੜੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀ ਉਹਨਾਂ ਚੋਂ ਕਈ ਵਾਪਸ ਮੁੜ ਗਏ ਜਿਹੜੇ ਬੀਜੇਪੀ ਚ ਗਏ ਸੀ ਇਹ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਉਹਨਾਂ ਨੂੰ ਉਮੀਦਵਾਰ ਬਣਾ ਸਕਦੀ ਉਹਨਾਂ ਚੋਂ ਕਈ ਮੁੜ ਗਏ ਮਨਪ੍ਰੀਤ ਸਿੰਘ ਬਾਦਲ ਤੇ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰਤਾ ਕੈਪਟਨ ਮਰਿੰਦਰ ਸਿੰਘ ਦੀ ਉਮਰ ਜ਼ਿਆਦਾ ਸਿਆਣੀ ਹੋਗੀ ਸੋ ਜਿਹੜੇ ਵੀ ਬੀਜੇਪੀ ਚ ਆਏ ਸੀ ਕਾਂਗਰਸ ਤੋਂ ਸੁਨੀਲ ਜਾਖੜ ਉਹਨਾਂ ਨੇ ਪਿੱਛੇ ਜੇ ਕਹਤਾ ਸੀ ਮੈਂ ਲੜਨਾ ਨਹੀਂ ਮੈਂ ਤਾਂ ਦੂਜਿਆਂ ਨੂੰ ਲੜਾਉਂਗਾ ਸੋ ਇਸ ਵਕਤ ਪੰਜਾਬ ਚ ਭਾਰਤੀ ਜਨਤਾ ਪਾਰਟੀ ਕੋਲੇ ਉਮੀਦਵਾਰਾਂ ਦੀ ਘਾਟ ਵੀ ਐ ਥੋੜ੍ਹ ਵੀ ਐ ਹਾਲਾਂਕਿ ਜੇ ਬੀਜੇਪੀ ਆਪਣੀ ਪਾਰਟੀ ਦੇ ਕਾਡਰ ਚੋਂ ਹੀ ਟਿਕਟਾਂ ਦੇਣੀਆਂ ਚਾਹਵੇ ਤੇ ਫਿਰ ਬੀਜੇਪੀ ਲਈ ਕੋਈ ਬਹੁਤੀ ਚਿੰਤਾ ਵਾਲੀ ਗੱਲ ਨਹੀਂ ਪਰ ਬੀਜੇਪੀ ਚਾਹੁੰਦੀ ਹੈ ਅਜਿਹੇ ਉਮੀਦਵਾਰ ਜਿਹੜੇ ਜਿੱਤ ਦੀ ਗਰੰਟੀ ਹੋਣ ਜਿਵੇਂ ਸਨੀ ਦਿਓਲ ਨੂੰ ਪਿਛਲੀ ਵਾਰੀ ਲੈ ਕੇ ਆਏ ਕਿਉਂਕਿ ਸੈਲੀਬ੍ਰਿਟੀ ਹੈ ਇਸ ਵਾਰ ਵੀ ਭਾਰਤੀ ਜਨਤਾ ਪਾਰਟੀ ਦੀ ਨਜ਼ਰ ਪੰਜਾਬ ਲਈ ਕਈ ਸੈਲੀਬ੍ਰਿਟੀਆਂ ਤੇ ਹੈ ਕਈ ਗਾਇਕ ਨੇ ਜਿਹੜੇ ਕਈ ਕਲਾਕਾਰ ਨੇ ਕਈ ਖਿਡਾਰੀ ਨੇ ਉਹਨਾਂ ਤੇ ਭਾਰਤੀ ਜਨਤਾ ਪਾਰਟੀ ਦੀ ਨਜ਼ਰ ਹੈ ਪਰ ਬੀਜੇਪੀ ਵਾਲੇ ਵਿੱਚ ਵਿੱਚ ਚਿੰਤਾ ਚ ਵੀ ਨੇ ਪੰਜਾਬ 'ਚ ਕਿਉਂਕਿ ਸਨੀ ਦਿওল ਕਲਾਕਾਰ ਸੀ ਜਿਸ ਤਰ੍ਹਾਂ ਦਾ ਪੋਲਿਟਿਕਲ ਹਾਲ ਸਨੀ ਦਿওল ਨੇ ਗੁਰਦਾਸਪੁਰ ਦਾ ਕੀਤਾ ਮੈਨੂੰ ਲੱਗਦਾ ਜਦੋਂ ਵੀ ਹੁਣ ਪੰਜਾਬ ਚ ਕੋਈ ਸੈਲੀਬ੍ਰਿਟੀ ਆਊਗਾ ਤੇ ਲੋਕਾਂ ਨੂੰ ਗੁਰਦਾਸਪੁਰ ਤੇ ਸਨੀ ਦਿওল ਚੇਤੇ ਆ ਜਾਣਾ ਇਸ ਗੱਲ ਤੋਂ ਬੀਜੇਪੀ ਚਿੰਤਤ ਹੈ ਹੁਣ ਬੀਜੇਪੀ ਗੁਰਦਾਸਪੁਰ ਚ ਕਿਹੜਾ ਸੈਲੀਬ੍ਰਿਟੀ ਲੈ ਕੇ ਆਏਗੀ ਇਸ ਗੱਲ ਦੇ ਵੀ ਬੜੇ ਰੌਲੇ ਪਏ ਹੋਏ ਨੇ ਕਿਉਂਕਿ ਜੇ ਗੁਰਦਾਸਪੁਰ ਚ ਕੋਈ ਸੈਲੀਬ੍ਰਿਟੀ ਲਿਆਉਂਦਾ ਐਤ ਕੀ ਗੁਰਦਾਸਪੁਰ ਦੇ ਲੋਕ ਪਹਿਲਾਂ ਹੀ ਬੜੇ ਔਖੇ ਨੇ ਐਤ ਕੀ ਸਾਬਕitab ਉਹਨਾਂ ਨੇ ਬਰਾਬਰ ਕਰ ਦੇਣਾ ਫਿਰ ਤੇ ਦੂਸਰਾ ਕੋਈ ਉਮੀਦਵਾਰ ਇਸ ਵਕਤ ਭਾਰਤੀ ਜਨਤਾ ਪਾਰਟੀ ਚ ਐਡੇ ਕਾਜ ਦਾ ਦਿਖਦਾ ਨਹੀਂ ਅਸ਼wini ਸ਼ਰਮਾ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਅਗਰ ਉਮੀਦਵਾਰ ਬਣਾ ਦੇਣ ਤੇ ਗੱਲ ਵੱਖਰੀ ਹੈ ਪਰ ਨਹੀਂ ਤਾਂ ਗੁਰਦਾਸਪੁਰ ਚ ਭਾਰਤੀ ਜਨਤਾ ਪਾਰਟੀ ਇਸ ਵਕਤ ਔਖੀ ਸਥਿਤੀ ਚ ਹੈ ਹਾਲਾਂਕਿ ਹਿੰਦੀ ਪੱਟੀ ਦੇ ਤਿੰਨ ਸੂਬੇ ਜਿੱਤੇ ਨੇ ਮਧ ਪ੍ਰਦੇਸ਼ ਰਾਜਸਥਾਨ ਤੇ ਛੱਤੀਸਗੜ੍ਹ ਇਹ ਤਿੰਨ ਸੂਬੇ ਜਿੱਤ ਕੇ ਇੱਕ ਵਾਰ ਬੀਜੇਪੀ ਆਪਣੇ ਆਪ ਨੂੰ ਫੇਰ ਕਾਂਗਰਸ ਦੇ ਮੁਕਾਬਲੇ ਤਕੜਾ ਸਾਬਤ ਕਰ ਗਈ ਪਰ ਜਿੱਥੇ ਪੰਜਾਬ ਚ ਆਮ ਆਦਮੀ ਪਾਰਟੀ ਤੇ ਦਿੱਲੀ ਦੀ ਚੰਗੀ ਪਕੜ ਹੈ ਉਥੇ ਭਾਰਤੀ ਜਨਤਾ ਪਾਰਟੀ ਇਸ ਵਕਤ ਬਹੁਤੀ ਤਕੜੀ ਨਹੀਂ ਦਿਖ ਰਹੀ ਇਸੇ ਕਰਕੇ ਉਮੀਦਵਾਰਾਂ ਦੀ ਤਲਾਸ਼ ਹੈ ਇਹ ਵੀ ਪਤਾ ਲੱਗਿਆ ਕਿ ਇੱਕ ਵੱਡੇ ਗਾਇਕ ਨੂੰ ਮਾਲ ਵਿੱਚੋਂ ਉਤਾਰਿਆ ਜਾ ਸਕਦਾ ਹੈ ਇਸ ਤਰੀਕੇ ਦੀਆਂ ਚਰਚਾਵਾਂ ਨੇ ਔਰ ਇੱਕ ਕਲਾਕਾਰ ਉਹਨਾਂ ਨੂੰ ਲੁਧਿਆਣਾ ਇਹ ਚੰਡੀਗੜ੍ਹ ਤੋਂ ਵੀ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਸੋ ਇਸ ਵਾਰ ਇਹ ਵੀ ਹੋ ਸਕਦਾ ਹੈ ਕਿ ਬੀਬੀ ਕਿਰਨ ਖੇਰ ਦੀ ਟਿਕਟ ਕੱਟੀ ਜਾਵੇ ਕਿਉਂਕਿ ਦੋ ਵਾਰ ਦੇ ਐਮਪੀ ਨੇ ਪਿੱਛੇ ਜਿਉਂ ਵੀ ਢਿੱਲੇ ਮੱਠੇ ਸੀ ਸੋ ਇਸ ਕਰਕੇ ਚੰਡੀਗੜ੍ਹ ਦੇ ਵਿੱਚ ਵੀ ਭਾਜਪਾ ਕਿਸੇ ਨਵੇਂ ਕਲਾਕਾਰ ਚਿਹਰੇ ਨੂੰ ਉਤਾਰ ਸਕਦੀ ਹੈ ਪੰਜਾਬ ਦੇ ਮਾਲਵਾ ਦੇ ਵਿੱਚ ਵੀ ਔਰ ਅੰਮ੍ਰਿਤਸਰ ਔਰ ਗੁਰਦਾਸਪੁਰ ਜ ਵੀ ਭਾਜਪਾ ਨੂੰ ਕਿਸੇ ਸੈਲੀਬ੍ਰਿਟੀ ਚਿਹਰੇ ਦੀ ਤਲਾਸ਼ ਹੈ ਕਿਉਂਕਿ ਜਦੋਂ ਦਾ ਨਵਜੋਤ ਸਿੰਘ ਸਿੱਧੂ ਨੇ ਅਮਰਸਰ ਛੱਡਿਆ ਬੀਜੇਪੀ ਜਿੱਤ ਨਹੀਂ ਸਕੀ। ਅਰຸນ ਜੇਤਲੀ ਜੀ ਦੁਨੀਆ ਤੋਂ ਚਲੇ ਗਏ ਪਰ ਉਹ ਵੀ ਜਿੱਤ ਨਹੀਂ ਸੀ ਸਕੇ। ਸੋ ਪੁਰੀ ਸਾਹ ਪਿਛਲੀ ਵਾਰੀ ਜਿੱਤੇ ਨਹੀਂ ਹਾਰ ਗਏ ਸੀ ਇਸ ਵਾਰ ਉਹ ਮੰਤਰੀ ਨੇ ਪਰ ਉਹ ਵੀ ਅਮਰਸਰ ਚ ਬਹੁਤ ਜ਼ਿਆਦਾ ਸਰਗਰਮ ਦਿਖੇ ਨਹੀਂ। ਇਸ ਕਰਕੇ ਅਮਰਸਰ ਚ ਇਸ ਵਕਤ ਇਸ ਵਾਰ ਫੇਰ ਕਿਸੇ ਨਵੇਂ ਕਲਾਕਾਰ ਨੂੰ ਬੀਜੇਪੀ ਲਿਆ ਸਕਦੀ ਹੈ। ਇਸੇ ਤਰ੍ਹਾਂ ਗੁਰਦਾਸਪੁਰ ਲਈ ਕਲਾਕਾਰ ਦੀ ਤਿਆਰੀ ਹੈ। ਕਲਾਕਾਰ ਦੀ ਤਲਾਸ਼ ਹੈ। ਸੋ ਜਿਹੜਾ ਮੌਜੂਦਾ ਸਮਾਂ ਚੱਲ ਰਿਹਾ ਬੀਜੇਪੀ ਦੇ ਪੱਖੋਂ ਵੱਡੇ ਵੱਡੇ ਕਲਾਕਾਰ ਜਿਨ੍ਹਾਂ ਨੇ ਪੰਜਾਬ ਚੋਂ ਨਾਮ ਬਣਾਇਆ ਉਹਨਾਂ ਦੀ ਨਜ਼ਰ ਬੀਜੇਪੀ ਤੇ ਹੈ ਤੇ ਬੀਜੇਪੀ ਦੀ ਨਜ਼ਰ ਉਹਨਾਂ ਤੇ ਹੈ ਪਰ ਜਿਹੜੇ ਲੋਕ ਨੇ ਲੋਕ ਸੈਲੀਬ੍ਰਿਟੀਜ਼ ਤੋਂ ਕੀ ਪ੍ਰਭਾਵਿਤ ਹੋਣਗੇ ਮੈਨੂੰ ਲੱਗਦਾ ਹੁਣ ਉਹ ਵੇਲਾ ਚੱਲਿਆ ਗਿਆ ਹੁਣ ਤਾਂ ਜਿਹੜੇ ਲਗਾਤਾਰ ਪੰਜਾਬ ਚ ਰਹਿ ਕੇ ਸੇਵਾ ਕਰਨਗੇ ਵਿਚਰਨਗੇ ਇੱਥੇ ਕੋਠੀਆਂ ਬਣਾ ਲੈਣਗੇ ਫਿਰ ਸੰਭਵ ਹੈ ਜਿਨ੍ਹਾਂ ਦਾ ਇੱਕ ਪੈਰ ਪੰਜਾਬ ਇੱਕ ਚੰਡੀਗੜ੍ਹ ਤੇ ਇੱਕ ਬੰਬੇ ਤੇ ਇੱਕ ਕੈਨੇਡਾ ਉਹਨਾਂ ਦਾ ਇਸ ਵਾਰ ਮੈਨੂੰ ਔਖਾ ਲੱਗਦਾ ਪੰਜਾਬ ਦੀ ਹਾਲਾਤ ਦੇ ਵਿੱਚ ਔਰ ਜਿਹੜੀ ਕਾਂਗਰਸ ਦੀ ਚਿੰਤਾ ਹੈ ਬੀਜੇਪੀ ਸਨੀ ਦੇ ਹੋਲ ਕਰਕੇ ਤਾਂ ਬੀਜੇਪੀ ਨੂੰ ਪੰਜਾਬ 'ਚ ਹੀ ਔਖਾ ਹੋਇਆ ਪਰ ਜਿਹੜਾ ਸਾਹੂ ਐ ਧੀਰਜ ਸਾਹੂ ਉਹਦੇ ਕਰਕੇ ਪੂਰੇ ਮੁਲਕ 'ਚ ਕਾਂਗਰਸ ਔਖੀ ਹੈ ਔਰ ਕੱਲ ਮੈਂ ਵੇਖ ਰਿਹਾ ਸੀ ਪਾਰਲੀਮੈਂਟ ਦੇ ਬਾਹਰ ਵੀ ਪ੍ਰੋਟੈਸਟ ਕੀਤਾ ਬੀਜੇਪੀ ਵਾਲਿਆਂ ਨੇ ਵੀ ਜਿਹੜੇ ਐਨੇ ਨੋਟ ਨਿਕਲੀ ਜਾਂਦੇ ਨੇ ਧੀਰਜ ਸਾਹੂ ਦੇ ਭਾਈ ਕੋਈ ਕਾਂਗਰਸ ਵਾਲੇ ਵੀ ਮਾੜਾ ਮੋਟਾ ਇਹਦੇ ਬਾਰੇ ਦੱਸ ਦਿਓ ਬੀਜੇਪੀ ਦੇ ਕਈ ਲੀਡਰ ਤਾਂ ਇਹ ਇਲਜ਼ਾਮ ਲਾ ਰਹੇ ਨੇ ਕਾਂਗਰਸ ਤੇ ਵੀ ਇਹਦੇ ਚ ਤੁਹਾਡੇ ਕਿੰਨੇ ਨੇ ਹਾਲਾਂਕਿ ਕਾਂਗਰਸ ਵਾਲੇ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਹ ਮੈਂਬਰ ਪਾਰਲੀਮੈਂਟ ਜ਼ਰੂਰ ਹੈ ਰਾਜ ਸਭਾ ਦਾ ਪਰ ਇਹਦਾ ਆਪਣਾ ਵਪਾਰ ਹੈ ਤੇ ਜਾਂਚ ਕਰੇ ਸਰਕਾਰ ਵੀ ਇਹਦੇ ਵਪਾਰ ਚ ਐਨੇ ਪੈਸੇ ਕਿਨ ਜਾਏ ਉਂਝ ਬੜੀ ਹੈਰਾਨੀ ਵਾਲੀ ਗੱਲ ਹੈ 300 ਤੋਂ ਵੱਧ ਨੋਟ ਮਿਲ ਗਏ ਮੈਨੂੰ ਲੱਗਦਾ ਧੀਰਜ ਸਾਹੂ ਦੀ ਗ੍ਰਿਫਤਾਰੀ ਤੋਂ ਬਾਅਦ ਸਾਡੇ ਮੁਲਕ ਦੇ ਵਿੱਚ ਇੱਕ ਰੁਜ਼ਗਾਰ ਬਹੁਤ ਚੱਲੂਗਾ ਹੁਣ ਜਿਹੜੇ ਸਾਡੇ ਇੰਜੀਨੀਅਰ ਨੇ ਉਹਨਾਂ ਨੂੰ ਇੱਕ ਨਵਾਂ ਕੰਮ ਮਿਲ ਗਿਆ ਉਹ ਇਸ ਤਰ੍ਹਾਂ ਦੀਆਂ ਮਸ਼ੀਨਾਂ ਬਣਾ ਸਕਦੇ ਨੇ ਜਿਹੜੀਆਂ ਬਹੁਤ ਛੇਤੀ ਪੈਸੇ ਕਮਾਉਣ ਕਿਉਂਕਿ ਧੀਰਜ ਸਾਹੂ ਦੇ ਘਰੇ ਜਿਹੜੇ ਬੈਂਕ ਵਾਲੇ ਮਸ਼ੀਨਾਂ ਲੈ ਕੇ ਗਏ ਮਸ਼ੀਨਾਂ ਗਰਮ ਹੋ ਗਈਆਂ ਮਸ਼ੀਨਾਂ ਫੇਲ ਹੋ ਗਈਆਂ ਉੰਜ ਪੰਜਾਬ ਚ ਵੀ ਇੱਕ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਫੜੀ ਗਈ ਸੀ ਭਗਵੰਤ ਮਾਨ ਅਕਸਰ ਜ਼ਿਕਰ ਕਰਦੇ ਨੇ ਸੋ ਜਿਸ ਤਰ੍ਹਾਂ ਨਾਲ ਮੰਤਰੀਆਂ ਦੇ ਘਰੋਂ ਨੋਟ ਗਿਣਨ ਵਾਲੀਆਂ ਮਸ਼ੀਨਾ ਮਿਲਦੀਆਂ ਨੇ ਜਾਂ ਮੰਤਰੀਆਂ ਦੇ ਘਰੋਂ ਕੈਸ਼ ਮਿਲਦਾ ਸੋ ਉਹਨਾਂ ਲੋਕਾਂ ਦਾ ਰੋਜ਼ਗਾਰ ਚੰਗਾ ਚੱਲ ਸਕਦਾ ਜਿਹੜੇ ਇਸ ਤਰ੍ਹਾਂ ਦੀਆਂ ਮਸ਼ੀਨਾ ਬਣਾਉਣ ਜਿਹੜੀਆਂ 5-7 ਮਿੰਟਾਂ ਚ ਹੀ ਘਟੋ-ਘਟ ਕਰੋੜ ਰੁਪਈਆ ਗਿਣ ਦੇਣ ਕਿਉਂਕਿ ਕਈ ਦਿਨ ਲੱਗੇ ਦੀਰੇਜ ਸਾਹੂ ਦੇ ਘਰੋਂ ਨੋਟ ਗਿਣਦਿਆਂ ਨੂੰ ਬੈਂਕ ਵਾਲਿਆਂ ਨੂੰ ਕਈ ਮਸ਼ੀਨਾਂ ਫੇਲ ਹੋ ਗਈਆਂ। ਤੋਂ ਇਸ ਕਰਕੇ ਨੋਟ ਇੰਨੇ ਜ਼ਿਆਦਾ ਮਸ਼ੀਨਾਂ ਨੂੰ ਗਿਣਨੇ ਪਏ ਕਿ ਮਸ਼ੀਨ ਹੀ ਗਰਮ ਹੋ ਗਈ। ਮੈਨੂੰ ਲੱਗਦਾ ਇਹਨਾਂ ਮਸ਼ੀਨਾਂ ਨੇ ਵੀ ਪਹਿਲੀ ਵਾਰੀ ਇੰਨੇ ਨੋਟ ਇੱਕ ਥਾਂ ਤੇ ਵੇਖੇ ਹੋਣੇ ਆ। ਸੋ ਇਹ ਬੜੀ ਚਿੰਤਾ ਵਾਲਾ ਵਿਸ਼ਾ ਹੈ। ਪਾਰਲੀਮੈਂਟ ਦੇ ਵਿੱਚ ਭਾਜਪਾ ਨੇ ਪ੍ਰੋਟੈਸਟ ਕੀਤਾ। ਕਾਂਗਰਸ ਤੇ ਤਿੱਖੇ ਹਮਲੇ ਕੀਤੇ ਕਿ ਹੁਣ ਰਾਹੁਲ ਗਾਂਧੀ ਕਿਉਂ ਚੁੱਪ ਹੈ? ਹੁਣ ਬੀਬੀ ਸੋਨੀਆ ਗਾਂਧੀ ਕਿਉਂ ਚੁੱਪ ਹੈ? ਉਂਝ ਕਰਪਸ਼ਨ ਦੇ ਮਾਮਲੇ ਤੇ ਕਾਂਗਰਸ ਤੇ ਸਵਾਲੇ ਖੜਾ ਕੀਤਾ ਵੀ ਤੁਸੀਂ ਹਲੇ ਤੱਕ ਪਾਰਲੀਮੈਂਟ ਚੋਂ ਰਾਜ ਸਭਾ ਚੋਂ ਉਸ ਐਮਪੀ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਸਵਾਲੇ ਬਹੁਤ ਵੱਡਾ ਖੜਾ ਕੀਤਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਔਰ ਅਮਿਤ ਸ਼ਾਹ ਨੇ ਰਾਜ ਸਭਾ ਪਾਰਲੀਮੈਂਟ ਚ ਕਿਹਾ ਅਮਿਤ ਸ਼ਾਹ ਕੱਲ ਪਾਰਲੀਮੈਂਟ ਚ ਬੋਲ ਰਹੇ ਸੀ ਉਹਨਾਂ ਨੇ ਪਾਰਲੀਮੈਂਟ ਚ ਕਿਹਾ ਵੀ ਹਜੇ ਤੱਕ ਸਸਪੈਂਡ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਇੰਡੀਆ ਗਠਜੰਬੰਦਨ ਨੇ ਇੰਡੀਆ ਗਠਜਬੰਦਨ ਵੱਲੋਂ ਵੀ ਕੋਈ ਬਹੁਤੀ ਵੱਡੀ ਨਿੰਦਾ ਆਈ ਨਹੀਂ ਸੋ ਇਸ ਕਰਕੇ ਆਉਣੀ ਚਾਹੀਦੀ ਹੈ ਕਰਪਸ਼ਨ ਦੇ ਖਿਲਾਫ ਟੋਲਰੈਂਸ ਜ਼ੀਰੋ ਹੋਣੀ ਚਾਹੀਦੀ ਹੈ ਉਂਝ ਕਾਂਗਰਸ ਦੇ ਪੰਜਾਬ ਦੇ ਵਿੱਚ ਕਈ ਅਜਿਹੇ ਲੀਡਰ ਨੇ ਕਾਂਗਰਸ ਦੇ ਜਿਨ੍ਹਾਂ ਤੇ ਕਰਪਸ਼ਨ ਦੇ ਇਲਜ਼ਾਮ ਲੱਗੇ ਸੀ ਪਰ ਅੱਜ ਵੀ ਉਹ ਆਪਣੇ ਅਹੁਦਿਆਂ ਤੇ ਬਰਕਰਾਰ ਨੇ ਇਹਦੇ ਨਾਲ ਕਾਂਗਰਸ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਦੋਂ ਕਾਂਗਰਸ ਦੀ ਸਥਾਪਨਾ ਹੋਈ ਸੀ ਕਿਸੇ ਨੇ ਨਹੀਂ ਸੋਚਿਆ ਹੋਣਾ ਵੀ ਕਾਂਗਰਸ ਦੇ ਜਿਹੜੇ ਅਹੁਦੇਦਾਰ ਨੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਤੇ ਵੱਡੇ ਵੱਡੇ ਕ੍ਰਪਸ਼ਨ ਦੇ ਅਲੀਗੇਸ਼ਨ ਹੋਣਗੇ ਇਸੇ ਕਰਕੇ ਸ਼ਾਇਦ ਕਾਂਗਰਸ तमाम ਕਾਰਨਾ ਕਰਕੇ ਜਿੱਤ ਨਹੀਂ ਪਾਰੀ ਕਿਉਂਕਿ ਜਿਹੜਾ ਵਲੰਟੀਅਰ ਹੈ ਜਿਹੜਾ ਆਮ ਵਰਕਰ ਹੈ ਉਹ ਗੁੱਸਾ ਕਰ ਜਾਂਦਾ ਵੀ ਸਾਡੇ ਲੀਡਰਾਂ ਕੋਲੋਂ ਐਨੇ ਐਨੇ ਨੋਟ ਫੜੀ ਜਾਂਦੇ ਨੇ ਤੇ ਅਸੀਂ ਹੁਣ ਇਹਨਾਂ ਲਈ ਬੂਥ ਲਾਈਏ ਇਸ ਕਰਕੇ ਇਹਦਾ ਨੁਕਸਾਨ ਹੁੰਦਾ ਕਾਂਗਰਸ ਨੂੰ ਕ੍ਰਪਸ਼ਨ ਤੋਂ ਕਿਨਾਰਾ ਕਰਨ ਦੀ ਲੋੜ ਹੈ ਔਰ ਜੇ ਕੋਈ ਲੀਡਰ ਕ੍ਰਪਸ਼ਨ ਨਾਲ ਫੜਿਆ ਜਾਂਦਾ ਘੱਟੋ ਘੱਟ ਉਹਨੂੰ ਤਾਂ ਪਾਰਟੀ ਤੋਂ ਕੱਢ ਦਿਓ ਇਹ ਬੜਾ ਜ਼ਰੂਰੀ ਹੈ ਬਲਕਿ ਪੰਜਾਬ ਚ ਤਾਂ ਬਹੁਤ ਸਾਰੇ ਲੀਡਰ ਨੇ ਕਾਂਗਰਸ ਦੇ ਜਿਨ੍ਹਾਂ ਤੇ ਕ腐ਸ਼ਨ ਦੇ ਅਲੀਗੇਸ਼ਨ ਨੇ ਪਰ ਉਹ ਵੱਡੇ ਵੱਡੇ ਅਹੁਦਿਆਂ ਤੇ ਨੇ ਸੋ ਮੈਨੂੰ ਲੱਗਦਾ 2024 ਚ ਲੋਕਾਂ ਨੇ ਹਿਸਾਬ ਕਰ ਦੇਣਾ ਸੋ ਧੀਰਜ ਸਾਹੂ ਦਾ ਤਾਂ ਕਰਨ ਗਈ ਪੂਰੇ ਮੁਲਕ ਚ ਇਹ ਜਿਹੜੇ ਦਾਗ ਨੇ ਕ腐ਸ਼ਨ ਵਾਲੇ ਇਹ ਕਾਂਗਰਸ ਨੂੰ ਖਰਾਬ ਕਰਦੇ ਨੇ ਸੋ ਇਹਦੇ ਬਾਰੇ ਕਾਂਗਰਸੀ ਸੋਚ ਸਕਦੀ ਹੈ ਬਾਕੀ ਜਿੰਨੀ ਤੇਜ਼ੀ ਦੇ ਨਾਲ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ ਉਹਦੇ ਤੋਂ ਜਿਹੜੇ ਕਾਂਗਰਸ ਦੇ ਵਲੰਟੀਅਰ ਤੇ ਵਰਕਰ ਨੇ ਉਹ ਨਿਰਾਸ਼ ਹੋ ਕੇ ਦੂਜੀਆਂ ਪਾਰਟੀਆਂ ਦਾ ਰੁਖ ਕਰ ਰਹੇ ਨੇ ਸੋ ਜੇ ਉੱਤੋਂ ਕਾਂਗਰਸ ਤਕੜੀ ਹੈ ਤੇ ਜ਼ਮੀਨ ਤੋਂ ਕਾਂਗਰਸ ਕਮਜ਼ੋਰ ਹੋ ਰਹੀ ਹੈ ਦਲਾਜੀ ਪਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਆਗੂ ਨੇ ਕਾਂਗਰਸ ਪਾਰਟੀ ਤੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਤਿੱਖੇ ਇਲਜ਼ਾਮ ਲਗਾਏ ਨੇ ਇੱਕ ਵਾਰ ਫਿਰ ਤੋਂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਭਾਜਪਾ ਦੀ 2ਵੀਂ ਟੀਮ ਵਜੋਂ ਆਪਣਾ ਰੋਲ ਨਿਭਾ ਰਹੀ ਹੈ ਸੋ ਇਹ ਸਵਾਲ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਲਜ਼ਾਮ ਜ਼ਰੂਰ ਬਣਦਾ ਦਿਖ ਰਿਹਾ ਹੈ ਸਾਫ ਤੌਰ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਸੰਕੇਤ ਦਿੱਤਾ ਹੈ ਕਿ ਜਿੱਥੇ ਵੀ ਕਾਂਗਰਸ ਪਾਰਟੀ ਚੋਣਾ ਲੜਦੀ ਹੈ ਜਿਨ੍ਹਾਂ ਸੂਬਿਆਂ ਵਿੱਚ ਵੀ ਉਹ ਚੋਣਾ ਲੜਦੀ ਹੈ ਉੱਥੇ ਆਮ ਆਦਮੀ ਪਾਰਟੀ ਵੀ ਚੋਣਾ ਲੜਨ ਪਹੁੰਚ ਜਾਂਦੀ ਹੈ ਤੇ ਇਸ ਤਰੀਕੇ ਨਾਲ ਉਹ ਕਾਂਗਰਸ ਦੀ ਵੋਟ ਨੂੰ ਘਟ ਰਹੇ ਨੇ ਸੋ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਇੰਡੀਆ ਗਠਜੰਬੰਦਨ ਨੂੰ ਲੈ ਕੇ ਮੀਟਿੰਗ ਵੀ ਹੋਣ ਜਾ ਰਹੀ ਹੈ ਸੋ ਅੱਜ ਦੀਆਂ ਸਥਿਤੀਆਂ ਕਿੱਥੇ ਖੜੀਆਂ ਨੇ ਖਾਸ ਜ਼ੋਰ ਤੇ ਆਪਾਂ ਇਸ ਬਿਆਨ ਨੂੰ ਮੁਕਤ ਤੌਰ ਤੇ ਅਗਰ ਦੇਖਦੇ ਹਾਂ ਸੋ ਸਾਨੂੰ ਪਤਾ ਹੈ 19 ਦਸੰਬਰ ਨੂੰ ਦਿੱਲੀ ਦੇ ਵਿੱਚ ਮੀਟਿੰਗ ਹੈ ਇੰਡੀਆ ਗਠਜਬੰਦਨ ਦੀ ਜਿਦੇ ਵਿੱਚ ਕਾਂਗਰਸ ਦੇ ਸਾਰੇ ਗਠਜਬੰਦਨ ਦੇ ਸਾਥੀ ਆਉਣਗੇ 2024 ਤੋਂ ਪਹਿਲਾਂ ਕਿਸ ਤਰ੍ਹਾਂ ਦੀ ਤਿਆਰੀ ਕਰੀਏ ਕਿ ਭਾਰਤੀ ਜਨਤਾ ਪਾਰਟੀ ਨੂੰ ਮੁਲਕ 'ਚ ਹਰਾ ਸਕੀਏ ਇਹਦੇ ਲਈ ਇੰਡੀਆ ਗਠਜਬੰਦਨ ਦੇ ਸਾਰੇ ਸਾਥੀ ਇਕੱਠੇ ਹੋ ਰਹੇ ਨੇ ਇੱਕ ਪਾਸੇ ਜਿੱਥੇ ਇਹ ਮੰਗ ਹੋ ਰਹੀ ਹੈ ਕਿ ਕਾਂਗਰਸ ਦੂਜੀਆਂ ਧਿਰਾਂ ਨੂੰ ਸੀਟਾਂ ਛੱਡੇ ਕਾਂਗਰਸ ਵੱਡਾ ਜਿਗੜਾ ਵਿਖਾਵੇ ਦੂਸਰੀਆਂ ਧਿਰਾਂ ਨੂੰ ਸੀਟਾਂ ਛੱਡੇ 2024 ਤੋਂ ਪਹਿਲਾਂ ਤਾਂ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸੇ ਵੀ ਉਮੀਦਵਾਰ ਦੇ ਖਿਲਾਫ ਵਿਰੋਧੀਆਂ ਦਾ ਇੱਕ ਹੀ ਉਮੀਦਵਾਰ ਹੋਵੇ ਤਾਂ ਕਿ ਭਾਜਪਾ ਨੂੰ ਹਰਾਇਆ ਜਾ ਸਕੇ ਉਧਰ ਪੰਜਾਬ ਤੇ ਦਿੱਲੀ 'ਚ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਨਾਲ ਕਿਸੇ ਸਮਝੌਤੇ ਨੂੰ ਤਿਆਰ ਨਹੀਂ ਐ ਕਈ ਲੀਡਰ ਨੇ ਪੰਜਾਬ ਦੇ ਵਿੱਚ ਤਾਂ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਲਗਾਤਾਰ ਸਟੈਂਡ ਹੈ ਕਿ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕੀਤਾ ਤੇ ਕਾਂਗਰਸ ਦਾ ਨੁਕਸਾਨ ਹੋਏਗਾ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਜੇ ਕਾਂਗਰਸ ਆਪਣੇ ਦਮ ਤੇ ਚੋਣਾਂ ਲੜੇ ਪੰਜਾਬ ਚ ਤੇ ਅਸੀਂ ਆਮ ਆਦਮੀ ਪਾਰਟੀ ਨਾਲੋਂ ਵੱਧ ਸੀਟਾਂ ਜਿੱਤ ਸਕਦੇ ਹਾਂ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਦੇ ਘਰ ਹਰੀਸ਼ ਚੌਧਰੀ ਆਏ ਸੀ ਪ੍ਰਤਾਪ ਬਾਜਵਾ ਵੀ ਸੀ ਉਸ ਦਿਨ ਹਰੀਸ਼ ਚੌਧਰੀ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਪ੍ਰਤਾਪ ਸਿੰਘ ਬਾਜਵਾ ਹਲੇ ਵੀ ਸਹਿਮਤ ਨਹੀਂ ਹੈ ਕਿ ਅਸੀਂ ਆਪ ਨਾਲ ਮਿਲ ਕੇ ਚੋਣਾ ਲੜੀਏ ਤੇ ਖਰੀਸ ਚੌਧਰੀ ਨੇ ਕਹਿ ਦਿੱਤਾ ਕਿ ਇਹ ਪ੍ਰਤਾਪ ਸਿੰਘ ਬਾਜਵਾ ਦੀ ਨਿੱਜੀ رائے ਹੈ ਜਦਕਿ ਖਰੀਸ ਚੌਧਰੀ ਪੰਜਾਬ ਦੇ ਪ੍ਰਭਾਰੀ ਨੇ ਪ੍ਰਤਾਪ ਬਾਜਵਾ ਜ਼ਿੰਮੇਵਾਰ ਲੀਡਰ ਨੇ ਇਹਦਾ ਮਤਲਬ ਹੈ ਕਿ ਕਾਂਗਰਸ ਦੇ ਵਿੱਚ ਇਸ ਮੁੱਦੇ ਤੇ ਹਲੇ ਵੀ ਇੱਕ ਰਾਏ ਨਹੀਂ ਹੈ ਸੂਬਾ ਇਕਾਈ ਆਪ ਨਾਲ ਜਾਣ ਨੂੰ ਤਿਆਰ ਨਹੀਂ ਹੈ ਔਰ ਦਿੱਲੀ ਦੇ ਵਿੱਚ 19 ਦਸੰਬਰ ਦੀ ਬੈਠਕ ਤੇ ਕੀ ਫੈਸਲਾ ਹੁੰਦਾ ਹੈ ਇਹਦੇ ਤੇ ਹਜੇ ਵਕਤ ਹੈ ਪਰ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਤੇ ਵੱਡਾ ਸਿਆਸੀ ਹਮਲਾ ਕਰਤਾ ਪ੍ਰਤਾਪ ਬਾਜਵਾ ਕਹਿੰਦੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਧੁੰਨ ਤੇ ਨੱਚਣ ਦਾ ਕੰਮ ਕਰਦੀ ਹੈ ਇਸ ਤਰੀਕੇ ਦਾ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਹੈ ਭਾਜਪਾ ਦੇ ਇਸ਼ਾਰਿਆਂ ਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਇਹ ਕਹਿਣਾ ਪ੍ਰਤਾਪ ਸਿੰਘ ਬਾਜਵਾ ਦਾ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲਿਆਂ ਦਾ ਦੁੱਖ ਵੱਖਰਾ ਹੈ ਉਹ ਕਹਿੰਦੇ ਦਿੱਲੀ ਚ ਸਾਡੇ ਮਨੀਸ਼ ਸਿਸੋਦੀਆ ਸੰਜੇ ਸਿੰਘ ਸਤਿੰਦਰ ਜੈਨ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਜੇਲ੍ਹ ਭੇਜਤਾ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਨਾਖੁਸ਼ ਹੈ ਆਮ ਆਦਮੀ ਪਾਰਟੀ ਦੀ ਪ੍ਰਸਿੱਧੀ ਤੋਂ ਚਿਰਦੀ ਹੈ ਭਾਜਪਾ ਆਪ ਵਾਲੇ ਕਹਿੰਦੇ ਨੇ ਕਿ ਭਾਜਪਾ ਨੇ ਤਾਂ ਸਾਡੇ ਲੀਡਰ ਜੇਲ੍ਹ ਚ ਭੇਜਤੇ ਤੇ ਸਾਡੇ ਨਾਲ ਭਾਜਪਾ ਧੱਕਾ ਕਰ ਰਹੀ ਹੈ ਪ੍ਰਤਾਪ ਬਾਜਵਾ ਜੀ ਕਹਿੰਦੇ ਆਮ ਆਦਮੀ ਪਾਰਟੀ ਭਾਜਪਾ ਨਾਲ ਰਲਈ ਹੋਈ ਹੈ ਦੂਜੇ ਪਾਸੇ ਪ੍ਰਤਾਪ ਬਾਜਵਾ ਜੀ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਚ ਵਿਜੀਲੈਂਸ ਦੇ ਜ਼ਰੀਏ ਸਾਡੇ ਨਾਲ ਧੱਕਾ ਕਰ ਰਹੀ ਹੈ ਸੋ ਦਿੱਲੀ ਚ ਆਪ ਵਾਲੇ ਕਹਿੰਦੇ ਭਾਜਪਾ ਸਾਡੇ ਨਾਲ ਧੱਕਾ ਕਰ ਰਹੀ ਹੈ ਪੰਜਾਬ ਚ ਬਾਜਵਾ ਜੀ ਕਹਿੰਦੇ ਆਪ ਸਾਡੇ ਨਾਲ ਧੱਕਾ ਕਰ ਰਹੀ ਹੈ ਅਕਾਲੀ ਕਹਿੰਦੇ ਭਗਵੰਤ ਮਾਨ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਭਾਜਪਾ ਸਾਡੇ ਨਾਲ ਧੱਕਾ ਕਰ ਰਹੀ ਹੈ ਸੋ ਪੋਲੀਟੀਕਲ ਪਾਰਟੀਆਂ ਜਿਹੜੀਆਂ ਵੱਡੀਆਂ ਨੇ ਉਹ ਇੱਕ ਦੂਜੇ ਤੇ ਧੱਕਾ ਕਰਨ ਦਾ ਇਲਜ਼ਾਮ ਵੀ ਲਾਉਂਦੀਆਂ ਨੇ ਇੱਕ ਦੂਜੇ ਨੂੰ ਇੱਕ ਦੂਸਰੇ ਦੀ ਏ ਵੀ ਟੀਮ ਵੀ ਦੱਸ ਦੀਆਂ ਨੇ ਪਰ ਅਸਲ ਜਿਹੜਾ ਮਸਲਾ ਹੈ ਉਹ 2024 ਦਾ ਹੈ 2024 ਤੋਂ ਪਹਿਲਾਂ ਸਾਰੀਆਂ ਪੋਲਿਟੀਕਲ ਪਾਰਟੀਆਂ ਆਪਣੇ ਆਪ ਨੂੰ ਪਾਕ ਸਾਫ਼ ਕਰਨਾ ਚਾਹੁੰਦੀਆਂ ਨੇ ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਜਿੱਤ ਸਕੀਏ ਹੁਣ ਜਿਹੜਾ ਪ੍ਰਤਾਪ ਸਿੰਘ ਬਾਜਵਾ ਦਾ ਇਲਜ਼ਾਮ ਹੈ ਉਹ ਕਹਿੰਦੇ ਕਿ ਜਿਨ੍ਹਾਂ ਸੂਬਿਆਂ 'ਚ ਕਾਂਗਰਸ ਚੋਣਾਂ ਲੜਦੀ ਹੈ ਤਕੜੇ ਹੋ ਕੇ ਉੱਥੇ ਆਪ ਦਾ ਚੋਣ ਲੜਨ ਦਾ ਮਤਲਬ ਇਹ ਹੈ ਕਿ ਕਾਂਗਰਸ ਦੀ ਇੱਕ ਤਰੀਕੇ ਨਾਲ ਵੋਟ ਸ਼ੇਅਰ ਘਟੇ ਉਹ ਕਹਿੰਦੇ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਆਪ ਵੀ ਕਾਂਗਰਸ ਦਾ ਵੋਟ ਕੱਟਦੀ ਹੈ ਕਿਉਂਕਿ ਇਹ ਭਾਜਪਾ ਦੇ ਇਸ਼ਾਰੇ ਤੇ ਕੰਮ ਕਰਦੀ ਹੈ ਇਹ ਬੜੇ ਗੰਭੀਰ ਇਲਜ਼ਾਮ ਪ੍ਰਤਾਪ ਬਾਜਵਾ ਨੇ ਇੱਕ ਵਾਰੀ ਫਿਰ ਲਾਇਨੇ ਹੁਣ ਲੋਕ ਸਭਾ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਮਿਲ ਕੇ ਵੀ ਆਏ ਸੀ ਪਿੱਛੇ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸੀ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਉਦੋਂ ਵੀ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਪਾਰਟੀ ਹਾਈ ਕਮਾਂਡ ਨੂੰ ਕਹਿ ਕੇ ਆਏ ਆ ਕਿ ਆਪ ਨਾਲ ਭੁੱਲ ਕੇ ਵੀ ਪੰਜਾਬ 'ਚ ਅਸੀਂ ਮਿਲ ਕੇ ਚੋਣਾ ਨਾਲ ਲੜੀਏ। ਸੋ ਹੁਣ 18-19 ਦਸੰਬਰ ਦੀ ਜਿਹੜੀ ਬੈਠਕ ਹੈ ਉਸ ਤੋਂ ਬਾਅਦ ਇਹ ਤੈਅ ਹੋਏਗਾ ਕਿ ਕੀ ਆਪ ਤੇ ਕਾਂਗਰਸ ਮਿਲ ਕੇ ਸੀਟਾਂ ਲੜਨਗੇ? ਔਰ ਉਹ 8-9 ਦਿਨ ਕਾਂਗਰਸ ਦੇ ਉਹ ਲੀਡਰ ਜਿਹੜੇ ਨਹੀਂ ਚਾਹੁੰਦੇ ਕਿ ਅਸੀਂ ਆਪ ਨਾਲ ਮਿਲ ਕੇ ਚੋਣਾ ਲੜੀਏ ਉਹਨਾਂ ਦਾ ਰੁਖ ਕੀ ਰਹਿੰਦਾ ਹੈ? ਇਹ ਬਹੁਤ ਕੁਝ ਨਿਰਪਰ ਰਹੇਗਾ ਕਿ ਮੀਟਿੰਗ ਦੇ ਵਿੱਚ ਗੱਲ ਕਿਸ ਤਰ੍ਹਾਂ ਅੱਗੇ ਵਧਦੀ ਹੈ ਸੋ ਔਨੇ ਦਿਨ ਬੜੇ ਦਿਲਚਸਪ ਰਹਿਣ ਵਾਲੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇੰਡੀਆ ਗਠਬੰਧਨ ਚ ਸ਼ਾਮਲ ਹੋਣ ਨੂੰ ਲੈ ਕੇ ਦਲਾ ਜੀ ਹੁਣ ਖਬਰ ਲੈਣੇ ਆ ਵਿਕਰਮ ਮਜੀਠੀਆ ਦੀ ਵਿਕਰਮ ਮਜੀਠੀਆ ਨੇ ਕੱਲ ਜੋ ਹੈ ਇੱਕ ਪੋਸਟ ਸੋਸ਼ਲ ਮੀਡੀਆ ਤੇ ਪਾਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਲਵ ਲੈਟਰ ਆਇਆ ਹੈ ਪੰਜਾਬ ਪੁਲਿਸ ਤੋਂ ਸੋ ਜ਼ਰੂਰ ਇਸ ਲਵ ਲੈਟਰ ਬਾਰੇ ਵੀ ਗੱਲ ਕਰਾਂਗੇ ਆਖਿਰ ਇਹ ਚਿੱਠੀ ਕੀ ਹੈ ਜਿਸ ਨੂੰ ਵਿਕਰਮ ਮਜੀਠੀਆ ਲਵ ਲੈਟਰ ਕਹਿ ਰਹੇ ਨੇ ਤੇ ਇਸ ਦੇ ਬਾਰੇ ਜ਼ਰੂਰ ਪੂਰੀ ਜਾਣਕਾਰੀ ਜੋ ਹੈ ਸਾਂਝੀ ਕਰਿਓ ਕੀ ਮਤਲਬ ਕੱਢੇ ਜਾਣ ਇਸ ਚਿੱਠੀ ਦੇ ਜਿਸ ਨੂੰ ਉਹ ਲਵ ਲੈਟਰ ਕਹਿ ਰਹੇ ਨੇ ਵਿਕਰਮ ਮਜੀਠੀਆ ਔਰ ਸਰਕਾਰ ਦੇ ਵਿੱਚ ਜਿਹੜੀ ਤਲਖੀ ਹੈ ਉਹ ਲਗਾਤਾਰ ਨਜ਼ਰ ਆਉਂਦੀ ਹੈ ਇਹਨਾਂ ਲੀਡਰਾਂ ਦੇ ਬਿਆਨਾਂ ਦੇ ਵਿੱਚ ਵੀ ਤਲਖੀ ਨਜ਼ਰ ਆਉਂਦੀ ਹੈ ਕੱਲ ਵਿਕਰਮ ਮਜੀਠੀਆ ਸੋਸ਼ਲ ਮੀਡੀਆ ਤੇ ਲਾਈਵ ਹੋਏ ਅਤੇ ਉਹਨਾਂ ਨੇ ਇੱਕ ਚਿੱਠੀ ਦਿਖਾਈ ਉਹ ਕਹਿੰਦੇ ਮੈਨੂੰ ਪੰਜਾਬ ਪੁਲਿਸ ਦਾ ਲਵ ਲੈਟਰ ਆਇਆ ਬਾਅਦ ਵਿੱਚ ਏਰਪੋਟ ਆਇਆ ਕਿ ਸਿੱਟ ਵੱਲੋਂ ਪਟਿਆਲਾ ਤੋਂ ਇੱਕ ਚਿੱਠੀ ਲਿਖੀ ਗਈ ਹੈ ਅੰਮ੍ਰਿਤਸਰ ਪੁਲਿਸ ਨੂੰ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਵਿਕਰਮ ਮਜੀਠੀਆ ਨੂੰ 18 ਦਸੰਬਰ ਨੂੰ ਸਿੱਟ ਅੱਗੇ ਹਾਜ਼ਰ ਹੋਣ ਲਈ ਕਿਹਾ ਜਾਵੇ ਸੋ 2021 ਐਨਡੀਪੀਐਸ ਐਕਟ ਦਾ ਇੱਕ ਕੇਸ ਦਰਜ ਹੋਇਆ ਸੀ ਵਿਕਰਮ ਸਿੰਘ ਮਜੀਠੀਆ ਤੇ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਔਰ ਜਦੋਂ ਸਿਧਾਰਥ ਚਟੋਪਾੜੇ ਆਏ ਪੰਜਾਬ ਦੇ ਡੀਜੀਪੀ ਸੀ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਤੇ ਇੱਕ ਕੇਸ ਦਰਜ ਹੋਇਆ ਸੀ ਜਿਸ ਤੋਂ ਬਾਅਦ ਇਹ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਚੋਣਾਂ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਨਾ ਕਰ ਲਿਆ ਜਾਵੇ ਵਿਕਰਮ ਮਜੀਠੀਆ ਸੁਪਰੀਮ ਕੋਰਟ ਗਏ ਸੀ ਜਿੱਥੇ ਉਹਨਾਂ ਨੂੰ ਰਿਲੀਫ ਮਿਲੀ ਔਰ ਅਦਾਲਤ ਨੇ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਚੋਣਾਂ ਤੋਂ ਬਾਅਦ ਸਰੈਂਡਰ ਕਰਨ ਲਈ ਕਿਹਾ ਵਿਕਰਮ ਮਜੀਠੀਆ ਨੇ ਸਰੈਂਡਰ ਕੀਤਾ ਲੰਮਾ ਸਮਾਂ ਉਹ ਪਟਿਆਲਾ ਜੇਲ੍ਹ ਰਹੇ ਅਤੇ ਫਿਰ ਉਹਨਾਂ ਨੂੰ ਜ਼ਮਾਨਤ ਮਿਲੀ ਇਸ ਤਰੀਕੇ ਦੀਆਂ ਗੱਲਾਂ ਆਈਆਂ ਕਿ ਚਰਨਜੀਤ ਚੰਨੀ ਦੀ ਸਰਕਾਰ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਔਰ ਕੇਸ ਦਰਜ ਕਰਨ ਤੋਂ ਬਾਅਦ ਵੀ ਵਿਕਰਮ ਸਿੰਘ ਮਜੀਠੀਏ ਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਔਰ ਉਹਨਾਂ ਨੂੰ ਸਿਟ ਨੇ ਪੁਛਗਛ ਲਈ ਹਿਰਾਸਤ ਦੇ ਵਿੱਚ ਵੀ ਨਹੀਂ ਲਿਆ ਉਸ ਵੇਲੇ ਹੁਣ ਜਦੋਂ ਵਿਕਰਮ ਮਜੀਠੀਆ ਜੇਲ੍ਹ ਤੋਂ ਵਾਪਸ ਆਏ ਉਸ ਤੋਂ ਬਾਅਦ ਇੱਕ ਵਾਰ ਫੇਰ ਹੁਣ ਉਹਨਾਂ ਨੂੰ ਸਿਟ ਵੱਲੋਂ ਪੁਛਗਛ ਲਈ ਸੱਦਿਆ ਗਿਆ ਸੋ ਪਟਿਆਲਾ ਦੇ ਵਿੱਚ 18 ਦਸੰਬਰ ਨੂੰ ਵਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਇਸ ਤਰੀਕੇ ਦੀਆਂ ਗੱਲਾਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਅਗਰ ਵਿਕਰਮ ਮਜੀਠੀਆ ਜਾਂਦੇ ਨੇ ਉਸ ਤੋਂ ਬਾਅਦ ਇਹ ਗੱਲ ਸਾਫ਼ ਹੋਏਗੀ ਕਿ ਕਿਸ ਤਰ੍ਹਾਂ ਦੀ ਪੁਚੀ ਗੇਚ ਉਹਨਾਂ ਤੋਂ ਕੀਤੀ ਜਾਂਦੀ ਹੈ ਹਾਲਾਂਕਿ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਸਿਆਸਤ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੂੰ ਸੱਦਿਆ ਜਾ ਰਿਹਾ ਹੈ ਦਲਾਜੇ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣ ਨੂੰ ਸਮਰਥਨ ਦਿੱਤਾ ਹੈ ਅਤੇ ਨਾਲ ਦੀ ਨਾਲ ਜੰਮੂ ਅਤੇ ਕਸ਼ਮੀਰ ਦੇ ਵਿੱਚ ਸਤੰਬਰ 2024 ਵਿੱਚ ਜੋ ਹੈ ਚੋਣਾਂ ਕਰਾਉਣ ਦੇ ਵੀ ਹੁਕਮ ਦਿੱਤੇ ਨੇ ਸੋ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਹ ਜਿਹੜਾ ਮੁੱਦਾ ਹੈ ਬਹੁਤ ਸਮੇਂ ਤੋਂ ਸਿਆਸਤ ਵਿੱਚ ਗਰਮਾਇਆ ਹੀ ਹੋਇਆ ਹੈ ਜੇ ਗੱਲ ਕਰੀ ਆਪ ਅਮਿਤ ਸ਼ਾਹ ਦੀ ਤਾਂ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਜੰਮੂ ਅਤੇ ਕਸ਼ਮੀਰ ਦੀਆਂ ਸਥਿਤੀਆਂ ਬਾਰੇ ਬਿਆਨ ਵੀ ਦਿੱਤਾ ਉਸ ਬਿਆਨ ਬਾਰੇ ਵੀ ਪੂਰੀ ਜਾਣਕਾਰੀ ਜ਼ਰੂਰ ਚਾਹਾਂਗੇ ਕਿ ਉਸ ਬਿਆਨ ਦੇ ਕੀ ਮਤਲਬ ਕੱਢੇ ਜਾਣ ਪੂਰੀ ਸਥਿਤੀ ਸਮਝਣ ਦੀ ਜੇਕਰ ਗੱਲ ਕਰੀਏ ਸੁਪਰੀਮ ਕੋਰਟ ਦੇ ਸਮਰਥਨ ਤੋਂ ਬਾਅਦ ਤਾਂ ਕੀ ਕਹੋਗੇ ਹਰਜੋਜੀ ਕੱਲ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਧਾਰਾ 370 ਦਾ ਹਟਾਉਣਾ ਜਾਇਜ਼ ਸੀ ਉਹ ਇੱਕ ਟੈਂਪਰੇਰੀ ਵਿਵਸਥਾ ਸੀ ਥੋੜੇ ਸਮੇਂ ਦੀ ਵਿਵਸਥਾ ਸੀ ਧਾਰਾ 370 ਉੰਜ ਜਦੋਂ ਧਾਰਾ 370 ਹਟਾਈ ਗਈ ਉਸ ਵੇਲੇ ਵੀ ਮੈਂ ਧਾਰਾ 370 ਹਟਾਉਣ ਦਾ ਸਵਾਗਤ ਕੀਤਾ ਸੀ ਹਾਲਾਂਕਿ ਧਾਰਾ 370 ਜਿਸ ਤਰ੍ਹਾਂ ਨਾਲ ਹਟਾਈ ਗਈ ਉਹ ਜਿਆਦਾ ਚੰਗਾ ਢੰਗ ਨਹੀਂ ਸੀ ਧਾਰਾ 370 ਹਟਾਉਣਾ ਚੰਗਾ ਫੈਸਲਾ ਸੀ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਧਾਰਾ 370 ਹਟਾਉਣਾ ਜਾਇਜ਼ ਸੀ ਉੰਜ ਕਾਂਗਰਸ ਦੇ ਨਾਲ ਸਬੰਧਤ ਧਿਰਾਂ ਤੇ ਜੰਮੂ ਕਸ਼ਮੀਰ ਦੀਆਂ ਬਹੁਤ ਸਾਰੀਆਂ ਧਿਰਾਂ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੀਆਂ ਨੇ ਹੁਣ ਪਾਰਲੀਮੈਂਟ ਦੇ ਵਿੱਚ ਵੀ ਇਸ ਮਸਲੇ ਤੇ ਅੱਜ ਅਮਿਤ ਸ਼ਾਹ ਹੋਣਾ ਨੇ ਆਪਣੀ ਗੱਲ ਰੱਖੀ ਅਮਿਤ ਸ਼ਾਹ ਹੋਣਾ ਨੇ ਇਹ ਵੀ ਤਰਕ ਦਿੱਤਾ ਕਿ ਕਿਵੇਂ ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ دہشت ਗਰਦੀ ਦੀਆਂ ਘਟਨਾਵਾਂ ਦੇ ਵਿੱਚ ਕਮੀ ਆਈ ਹੈ ਉਹਨਾਂ ਨੇ ਅੰਕੜਾ ਪੇਸ਼ ਕੀਤਾ ਪਿਛਲੇ ਸ਼ਾਸਨ ਦੀ ਤੁਲਨਾ ਦੇ ਮੁਤਾਬਕ ਧਾਰਾ 370 ਹਟਾਉਣ ਤੋਂ ਬਾਅਦ ਕਿਵੇਂ ਕਤਲੋਗੈਰਤ ਦੇ ਵਿੱਚ دہشت ਗਰਦੀ ਦੀਆਂ ਘਟਨਾਵਾਂ ਦੇ ਵਿੱਚ ਕਮੀ ਆਈ ਹੈ ਜਿਹੜੇ ਪੱਥਰਬਾਜ਼ੀ ਦੀਆਂ ਘਟਨਾਵਾਂ ਸੀ ਉਹ ਵੀ ਧਾਰਾ 370 ਹਟਣ ਤੋਂ ਬਾਅਦ ਲਗਭਗ ਖਤਮ ਹੋ ਚੁੱਕੀਆਂ ਨੇ ਜਦਕਿ ਉਸ ਤੋਂ ਪਹਿਲਾਂ ਪੱਥਰਬਾਜ਼ੀ ਇੱਕ ਬਹੁਤ ਵੱਡੀ ਸਮੱਸਿਆ ਸੀ ਹਾਲਾਂਕਿ دہشت گردੀ ਦੀਆਂ ਕੁਝ ਘਟਨਾਵਾਂ ਉੱਥੇ ਵਾਪਰਦੀਆਂ ਨੇ ਜਿੱਥੇ ਸਾਡੇ ਫੌਜੀ ਤੇ ਅਫਸਰ ਸ਼ਹੀਦ ਹੁੰਦੇ ਨੇ ਪਰ ਪਿਛਲੇ ਸਮਿਆਂ ਦੇ ਮੁਕਾਬਲੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘਟੀ ਹੈ ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਜਿਹੜੇ ਆਮ ਨਾਗਰਿਕ ਨੇ ਉਹ ਦਿਲੋਂ ਖੁਸ਼ ਨੇ ਕਿਉਂਕਿ ਉਹ ਵੀ ਗੈਰ ਜ਼ਰੂਰੀ ਸਿਆਸਤ ਤੋਂ ਔਖੇ ਸੀ ਹੁਣ ਜੰਮੂ ਕਸ਼ਮੀਰ ਦੇ ਲੋਕ ਵੀ ਭਾਰਤ ਦੇ ਵਿੱਚ ਕਿਉਂਕਿ ਜੰਮੂ ਕਸ਼ਮੀਰ ਭਾਰਤ ਦਾ ਹੀ ਹਿੱਸਾ ਹੈ ਇਸ ਹਿੱਸੇ 'ਚ ਬੜੀ ਆਸਾਨੀ ਨਾਲ ਆਂਦੇ ਜਾਂਦੇ ਨੇ ਤੇ ਆਪਣੇ ਵਪਾਰ ਵੀ ਕਰਦੇ ਨੇ ਤੇ ਭਾਰਤ ਦੇ ਦੂਜੇ ਹਿੱਸਿਆਂ ਦੇ ਲੋਕ ਵੀ ਜੰਮੂ ਕਸ਼ਮੀਰ ਦੇ ਵਿੱਚ ਬੜੀ ਆਸਾਨੀ ਨਾਲ ਆਂਦੇ ਜਾਂਦੇ ਨੇ ਕਿਉਂਕਿ ਹਾਲਾਤ ਪਹਿਲਾਂ ਨਾਲੋਂ ਚੰਗੇ ਨੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ